ਹੈਲੋ ਜੀ, ਸਤਿ ਸ਼੍ਰੀ ਅਕਾਲ। ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਸਾਰਿਆਂ ਨੂੰ। ਆਪਾਂ ਹੁਣ ਚੱਲੇ ਹਾਂ ਅਨੰਦ ਸਕੂਲ, ਅੱਜ ਹੈਗਾ ਫੰਕਸ਼ਨ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਸਾਰਿਆਂ। ਇਹਨਾਂ ਮਾਵਾਂ ਧੀਆਂ ਨੇ ਪਾਏ ਅੱਜ ਸੇਮ ਸੂਟ, ਕਿਉਂਕਿ ਸਕੂਲੇ ਫੰਕਸ਼ਨ ਆ ਤੇ ਉਹਨਾਂ ਕਿਹਾ ਸੀ ਵੀ ਹਾਂ ਨਿਊ ਬੈਗ ਆ। ਇਹ ਬਰਥਡੇ ਦਾ ਗਿਫਟ ਮਿਲਿਆ ਵੀ ਅਨੰਦ ਨੂੰ ਤੇ ਸਕੂਲ ਵਾਲਿਆਂ ਇਹ ਕਿਹਾ ਕਿ ਮਦਰ ਤੇ ਡਾਕਟਰ ਦੋਵੇਂ ਜਣੀਆਂ ਸੇਮ ਡਰੈਸ ਪਾ ਕੇ ਆਉਣ। ਅੱਜ ਸਕੂਲ ਪਰਫਾਰਮੈਂਸ ਹੈ ਇਹਨਾਂ ਦੀ ਤੇ ਸੇਮ ਸੇਮ ਸੂਟ ਹੋਰ ਵੀ ਕਲਾਸਾਂ ਸਾਰੀਆਂ ਨੇ ਜਿੰਨੀਆਂ ਵੀ ਨਾਲ ਮਦਰ ਤੇ ਆਉਣਗੇ ਛੋਟੇ ਬੱਚੇ ਜਾਂ ਡਾਕਟਰਸ ਸਾਰੇ ਸੇਮ ਪਾ ਕੇ ਆਉਣਗੇ। ਜਿਹੜੇ ਮੁੰਡੇ ਉਹਨਾਂ ਨੂੰ ਵੀ ਸੇਮ ਹੀ ਕਿਹਾ ਇਹਨਾਂ ਨੇ, ਹਾਂ ਫਲੋਰੈਂਟ ਪ੍ਰਿੰਟ ਉਹਨਾਂ ਨੂੰ ਕਿਹਾ ਪਾ ਕੇ ਆਏ ਤੇ ਵੇਖਦੇ ਹਾਂ ਜਾ ਕੇ ਹੁਣ ਸਕੂਲੇ ਫਿਰ ਕਿਵੇਂ ਦਾ ਚੱਲਦਾ ਤੁਹਾਡਾ ਪ੍ਰੋਗਰਾਮ। ਹੁਣ ਚਲੋ ਫਿਰ ਚੱਲੀਏ ਵੇਖੀਏ ਪ੍ਰੋਗਰਾਮ। ਆਹੋ ਅਨੰਦ ਪਹੁੰਚ ਗਿਆ ਤੇਰੇ ਸਕੂਲ ਤੇ ਸਕੂਲ ਵਾਲਿਆਂ ਇਹ ਕਿਹਾ ਸੀ ਵੀ 3 ਵਜੇ ਬੱਚੇ ਨੂੰ ਡਰੋਪ ਕਰ ਜਿਓ, ਉਸ ਤੋਂ ਬਾਅਦ 5 ਵਜੇ ਤੁਸੀਂ ਆ ਜਾਓ, 5 ਵਜੇ ਫੰਕਸ਼ਨ ਆ। ਹੁਣ ਆਪਾਂ ਡਰੋਪ ਕਰਨ ਆਏ ਹਾਂ ਅਨੰਦ ਨੂੰ ਸਕੂਲ। ਗੇਟ ਦੇ ਅੰਦਰ ਐਂਟਰੀ ਨਹੀਂ ਹੈਗੀ ਲੱਗਦਾ ਅਨੰਦ ਮੈਨੂੰ। ਅਨੰਦ ਤਾਂ ਉਹ ਤਿਆਰੀ ਹੋ ਗਈ ਸਕੂਲ ਤੇਰੇ, ਹੈ ਨਾ ਕੀ ਕੂਲਰ ਲਾ ਤੇ, ਹੈ ਨਾ ਤੇ ਇੱਥੇ ਧੁੱਪ ਕਿੰਨੀ ਆ, ਧੁੱਪ ਨਾ ਰਹੂਗੀ। ਹਾਂ ਉਹ ਵੀ ਵਾਹਵਾ ਸੈਟਿੰਗ ਸੂਟਿੰਗ ਕੀਤੀ ਜਾਵੇ, ਇੱਧਰ ਪੜਦੇ ਪੁੜਦੇ ਲਾਏ ਸਾਰਾ ਕੁਛ, ਹੈ ਨਾ। ਅਤੇ ਵਾਕਿਆ ਇਹਨਾਂ ਦਾ ਤੇਰੀ ਗੱਲ ਸਹੀ ਹੈ, ਸਟੇਜ 'ਤੇ ਆਈ ਨਹੀਂ, ਸੀਟਾਂ ਨੋਰਮਲ ਹੈ ਅਤੇ ਪਰਫੋਰਮੈਂਸ ਕਿੱਦਾਂ ਦਿਖੂਗੀ। ਇੱਥੇ ਹੋਣਾ ਅਨੰਦ ਦਾ ਫੰਕਸ਼ਨ ਸਕੂਲ ਦਾ, ਇੱਧਰ ਸਾਹਮਣੇ ਸਟੇਜ ਬਣਾਉਣਗੇ, ਸਟੇਜ ਤਾਂ ਹੈ ਨਹੀਂ ਗੀ, ਨੋਰਮਲ ਹੀ ਕਰਨਗੇ ਲੱਗਦਾ ਮੈਨੂੰ। ਬਾਕੀ ਇੱਧਰ ਬਹਿਣ ਦੀ ਲਾਤਾ ਪੇਰੈਂਟਸ ਦੇ ਸਿਟਿੰਗ ਵਾਸਤੇ। ਸਾਢੇ ਪੰਜ ਦਾ ਕਰ ਦਿੱਤਾ ਆਹ ਸਾਰਾ ਇੱਧਰ ਜਿਹੜਾ ਫੰਕਸ਼ਨ ਦੀ ਤਿਆਰੀ ਚੱਲਣ ਡਈ ਹੈ, ਥੋੜੀ ਪ੍ਰੈਕਟਿਸ ਹੋਣ ਡਈ ਬੱਚਿਆਂ ਦੀ ਇੱਧਰ। ਬਹੁਤ ਸੋਹਣਾ ਡੈਕੋਰੇਸ਼ਨ ਕੀਤੀ, ਬਹੁਤ ਘੈਂਟ ਬਣਾਈ ਸੀ। ਆਪਾਂ ਪਹੁੰਚ ਗਏ ਸਕੂਲ ਅਨੰਦ ਦੇ, ਹੁਣ ਤਾਂ ਫੰਕਸ਼ਨ ਸ਼ੁਰੂ ਹੋਣ ਵਾਲਾ। ਅਨੰਦ ਕਹਿੰਦੀ ਪਹਿਲਾਂ ਆਇਓ ਤਾਂ ਪਹਿਲੀ ਸੀਟ ਦੇ ਉੱਤੇ, ਅਸੀਂ ਤਾਂ ਹੀ ਪਹਿਲੀ ਸੀਟ ਦੇ ਬੈਠੇ। ਆਪਾਂ ਪਹਿਲੀ ਸੀਟ ਲੈ ਲਈ ਆਣ ਕੇ, ਆਹ ਸਾਹਮਣੇ ਸਟੇਜ ਬਣਾ ਦਿੱਤੀ ਇਹਨਾਂ ਨੇ, ਬਿਲਕੁਲ ਫਰੰਟ ਵਾਲੀਆਂ ਸੀਟਾਂ ਜਿਹੜੀਆਂ ਪਹਿਲੀਆਂ ਸਾਡੀਆਂ ਹੀ ਆ ਬਸ। ਫੰਕਸ਼ਨ ਸ਼ੁਰੂ ਹੋਣ ਹੀ ਵਾਲਾ, ਬੈਠੇ ਵੇਟ ਕਰਨ ਡਏ, 5:30 ਦਾ ਟਾਈਮ ਹੀ ਹੁਣ ਉੱਤੇ ਹੋ ਗਿਆ ਟਾਈਮ। ਸੈਲੀਬ੍ਰੇਸ਼ਨ ਐਟ ਨਾਰਾਇਣਾ ਈ ਟੈਕਨੋ ਬਲੂ ਵੈਲੀ। ਅਪਰੀਸ਼ੀਏਟ ਦਾ ਇਨਕ੍ਰੈਡੀਬਲ ਵੂਮਨ ਇਨ ਆਰ ਲਾਈਵਸ ਆਰ ਮਦਰਸ। ਕਮ ਔਨ ਮਮੀਜ਼, ਇਟਸ ਯੋਰ ਡੇ। ਗੁੱਡ ਈਵਨਿੰਗ ਐਵਰੀਬਾਡੀ। ਗੁੱਡ ਈਵਨਿੰਗ।
Great. Esteemed guest, AGM sir, Mr. Shyam and faculty members. Today, as we gather to celebrate Mother's Day, we pay tribute to the unconditional love, sacrifice and the boundless strength of mothers everywhere. Mothers are the architect of our lives, the silent warriors who shape our destinies. With their nurturing hands and unwavering support, I think every moment we share with them and strive to emulate their strength, kindness and unconditional love in all that we do. Today, to all the mothers present here today and to those who have not been, a warm welcome to all the esteemed guests present here today. It is nice to see you all here on this beautiful day. We all have gathered here today to celebrate the most important person of our lives, our mothers, isn't it? A mother's love knows no bound and her selflessness is truly inspiring. She dedicates her life to her children, nurturing and supporting them at every step on the way. ਸਾੜੀ ਮਾਂ ਦੀ ਚਾਹ ਹੁੰਦੀ ਹੈ ਰੱਬ ਵੀ ਆਪਣੀ ਥਾਂ ਠੀਕ ਪਰ ਮਾਂ ਤਾਂ ਆਖਿਰ ਮਾਂ ਹੁੰਦੀ ਹੈ ਨਾਓ ਇਟਸ ਟਾਈਮ ਟੂ ਕਾਲ ਗ੍ਰੇਡ 1 ਲਰਨਰਸ ਫੋਰ ਹਾਰਟ ਵਾਰਮਿੰਗ ਵੈਲ ਪਰਫੋਰਮੈਂਸ ਫੋਰ ਆਲ ਦ ਅਮੇਜ਼ਿੰਗ ਮਦਰਸ ਐਂਡ ਟੀਚਰਸ ਆਈ ਰਿਕੁਐਸਟ ਕਾਈਂਡਲੀ ਲਾਈਨ ਅਪ ਨਰਸਰੀ ਮਦਰਸ ਟੂ ਰੈਂਪ ਫੋਰ ਦ ਰੈਂਪ Meanwhile, they are line up. Now it's time for tongue twister. Kindly raise your hand. Who will speak? Kitty caught the kitten in the kitchen. 5 times. Kitty caught the kitten in the kitchen. Ma'am, you want to try? Five times. Five times without any halt. Kitty caught the kitten in the kitchen. 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 Fantastic!
ਤੇ Teachers, I request PP1 mothers, grade 1 and grade 2 mothers kindly line up with their kids for another ramp walk. I request PP1 mothers, grade 1 and 2 mothers kindly line up with your kids. ਸਾਰੇ ਸੋਨੇ ਇੱਕ ਪਾਸੇ ਮੇਰੀ ਮਾਂ ਤੋਂ ਸੋਨਾ ਕਿਹੜਾ ਅਲੋਹਾ ਐਵਰੀਵਨ ਗੈਟ ਰੈਡੀ ਟੂ ਬੀ ਟ੍ਰਾਂਸਪੋਰਟਡ ਟੂ ਬਿਊਟੀਫੁਲ ਸ਼ੋਰਸ ਆਫ ਹਵਾਈ ਐਸ ਅ ਲਵਲੀ ਮੋਮੀਜ਼ ਆਫ PP1 Grade 1 ਐਂਡ Grade 2 ਵਿਲ ਟੇਕ ਅਪ ਦੀ ਸਟੇਜ ਫਾਰ ਹਵਾਈ ਥੀਮ Thank you.
ਪਰਫਾਰਮੈਂਸ ਹੋਈ ਨਹੀਂ ਨਾ ਕਿਉਂ ਕੀ ਕਰਨ ਹਜੇ ਸਾਡੀ ਨਹੀਂ ਹੋਈ ਫਰੈਂਡ ਬੈਸਟ ਫਰੈਂਡ ਦੋ ਇੱਕੋ ਜਿਹੇ ਸੇਮ ਸੇਮ ਹਾਂ ਨੋ ਅੱਗੇ ਸਿੰਗਿੰਗ ਵਾਲੇ ਮੈਮ ਵੀ ਕਹਿੰਦੇ ਸੀ ਦੋ ਭੈਣਾਂ ਲੱਗਦੀਆਂ I request grade 4 and 5 mothers and kids kindly line up.
ਉਹ ਪਿੱਛੇ ਲਾਈਨ ਸਹੀ ਕਰਾਊਡ ਜੀ ਇੰਚਾਰਜ ਬਣੀ ਉਹ ਫੰਕਸ਼ਨ ਇਹਨਾਂ ਦਾ ਓਵਰ ਹੋ ਗਿਆ ਹੁਣ ਚਲੀਏ ਹੁਣ ਕਿੱਦਾਂ ਰਿਹਾ ਫਿਰ ਕਿੱਦਾਂ ਰਿਹਾ ਤੇਰਾ ਫੰਕਸ਼ਨ ਵਧੀਆ ਰਿਹਾ ਵਧੀਆ ਪਰਫੋਰਮੈਂਸ ਕੀਤੀ ਗਈ ਚਲੋ ਓ ਵੇ ਪਿੱਛੇ ਸਾਰੇ ਸਾਰਾ ਫੰਕਸ਼ਨ ਓਵਰ ਹੋ ਗਿਆ ਹੈਂ ਅੱਛਾ ਅੱਛਾ ਉਹ ਚੱਲ ਕੋਈ ਨਹੀਂ ਇੰਨਾ ਕੁ ਹੁੰਦਾ ਰਹਿੰਦਾ ਪਤਾ ਕੋਈ ਗੱਲ ਨਹੀਂ ਬੱਚਿਆਂ ਨੂੰ ਇੰਨੀ ਕੁ ਹੋਈ ਜਾਂਦੀ ਚਲੀਏ ਹੁਣ ਫਿਰ ਚਲੋ ਤੇਰੇ ਵਰਗੀ ਆ ਨਾ ਤਾਂ ਸੇਮ ਹੀ ਚਲੋ ਇੱਧਰੋਂ ਪ੍ਰੋਗਰਾਮ ਹੋ ਗਿਆ ਹੁਣ ਖਤਮ ਸਾਰੇ ਜਣੇ ਤੁਰ ਪਏ ਘਰਾਂ ਨੂੰ ਚਲੋ ਆਪਾਂ ਵੀ ਚੱਲੀਏ ਹੁਣ
ਬਾਏ ਬਾਏ ਹੁਣ 7 ਵਜੇ ਅਨੰਦ ਸਕੂਲੇ ਹੋ ਗਿਆ ਹੁਣ ਫੰਕਸ਼ਨ ਖਤਮ ਹੋਣਾ ਸੀ ਜਾਂਦੇ ਵਾਪਸ ਘਰ ਅਨੰਦ ਤੁਹਾਨੂੰ ਪਤਾ ਬੜੇ ਫੋਨ ਆਉਂਦੇ ਕਿ ਅਨੰਦ ਤੁਸੀਂ ਸੈਲੀਬ੍ਰੇਟ ਕਿਉਂ ਕਰਨਾ ਬਰਥਡੇ ਕਿਸੇ ਨੂੰ ਯਕੀਨ ਨਹੀਂ ਆਉਂਦਾ ਯਾਰ ਕਾ ਸਾਰਿਆਂ ਨੂੰ ਇਹੋ ਹੀ ਆ ਅਸੀਂ ਘਰੇ ਹੁਣੇ ਪਹੁੰਚੇ ਅਨੰਦ ਦੇ ਸਕੂਲ ਫੰਕਸ਼ਨ ਵੇਖ ਕੇ ਤੇ ਆਉਂਦਿਆਂ ਨੂੰ ਤੇ ਰੌਣਕਾਂ ਲੱਗੀਆਂ ਘਰੇ ਚਾਚਾ ਜੀ ਆਏ ਹੋਰ ਆਏ ਪ੍ਰਾਹੁਣੇ ਚਲ ਗਏ ਹੁਣ ਅਨੰਦ ਉਰੋਂ ਨਰਸਰੀ ਕਲਾਸ ਵਿੱਚ ਹੁੰਦਾ ਸੀ ਜਦੋਂ ਆਹ ਮੇਰੇ ਵਾਸਤੇ ਬਣਾਇਆ ਸੀ ਅਨੰਦ ਨੇ ਹੈਪੀ ਮਦਰ ਡੇ ਮੰਮਾ ਕਿੰਨਾ ਸਾਲ ਬਣਾਇਆ ਦੇਖੋ ਫਸਟ ਮਦਰ ਡੇ ਸੈਕਿੰਡ ਮੇਰਾ ਬਰਥਡੇ ਮਦਰ ਡੇ ਤੇ ਅਨੰਦ ਨੇ ਬਣਾਇਆ ਸੀ ਤੇ ਅਨੰਦ ਦੀ ਪਹਿਲੇ ਦਿਨ ਦੀ ਫੋਟੋ ਜਿੱਦਣ ਹੋਈ ਉਸੇ ਟਾਈਮ ਦੀ ਫੋਟੋ ਹਨਾ ਅਨੰਦ ਦਾ ਕੱਲ ਬਰਥਡੇ ਵੀ ਆ ਮੰਮਾ ਹੁਣ ਇੱਕ ਕੰਮ ਕਰਾਂਗੇ ਇੱਕ ਸਾਈਡ ਦੀ ਨਾ ਆਪਣੀ ਫੋਟੋ ਲਾਵਾਂਗੇ ਤੇ ਉਹਨੇ ਇਦਾਂ ਨਾ ਡਿਵਾਈਡ ਕਰਕੇ 2024 ਦੀ ਲਾ ਦਾਂਗੇ ਹਾਂ ਆਪਣੀ ਮੰਮਾ ਲਈ ਕਾਰਡ ਮਦਰ ਡੇ ਤੇ ਲਿਆ ਦੇ ਆਪਣੀ ਮੰਮਾ ਨੂੰ ਕਾਰਡ ਹੁਣ ਅਨੰਦ ਨੇ ਬਣਾਇਆ ਬਹੁਤ ਸੋਹਣਾ ਕਾਰਡ ਏਬ ਦੇ ਤਾਂ ਕਾਰਡ ਅਨੰਦ ਨੇ ਬਣਾ ਕੇ ਬੜਾ ਸੋਹਣਾ ਕਿਊਟ ਜਿਹਾ ਘੈਂਟ ਜਿਹਾ ਤੇ ਇਹ ਹੁਣ ਵੀਡੀਓ ਆਪਣੀ ਬੜੀ ਜ਼ਿਆਦਾ ਲੰਬੀ ਹੋ ਗਈ ਆ ਇਹਨੂੰ ਆਪਾਂ ਇੱਥੇ ਐਂਡ ਕਰ ਦਈਏ ਫਿਰ ਮਿਲਦੇ ਹਾਂ ਸਵੇਰੇ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ ਟੇਕ ਕੇਅਰ